ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਵਿੱਚ। ਤੇ ਅੱਜ ਆਪਾਂ ਕੋਈ ਰੈਸਪੀ ਬਣਾਵਾਂਗੇ, ਬਟ ਬਿਲਕੁਲ ਸਿੰਪਲ ਜੀ ਬਣਾਵਾਂਗੇ, ਕਿਉਂਕਿ ਸਿੰਪਲ ਵੀ ਕਦੀ ਰੈਸਪੀ ਜਿਹੜੀ ਉਹ ਜਿਹੜਾ ਖਾਣਾ ਉਹ ਖਾ ਲੈਣਾ ਚਾਹੀਦਾ। ਤਾਂ ਆਪਾਂ ਬਿਲਕੁਲ ਸਿੰਪਲ ਜਿਹੜੀ ਉਹ ਬਣਾਵਾਂਗੇ ਤੇ ਤੁਹਾਡੇ ਸਾਹਮਣੇ ਬਣਾਵਾਂਗੇ ਕਿ ਆਪਾਂ ਜਿਹੜਾ ਉਹ ਕਿਸ ਤਰ੍ਹਾਂ ਬਣਾਉਂਦੇ ਹਾਂ, ਮਿਕਸ ਵੈੱਜ ਅਤੇ ਮੈਗੀ ਉਹ ਕਿਸ ਤਰ੍ਹਾਂ ਬਣਾਉਂਦੇ ਹਾਂ ਤੁਹਾਡੇ ਸਾਹਮਣੇ ਜਿਹੜਾ ਉਹ ਸ਼ੇਅਰ ਕਰਾਂਗੇ। ਤੇ ਹੁਣ ਚੱਲਦੇ ਆਪਣੇ ਕਿਚਨ ਵੱਲ। ਤੇ ਵੀਡੀਓ ਬਣਾਉਣ ਵਾਸਤੇ ਜਿਹੜੀ ਉਹ ਬਹੁਤ ਮਿਹਨਤ ਲੱਗਦੀ, ਹਰ ਇੱਕ ਵੀਡੀਓ ਬਣਾਉਣ ਵਾਸਤੇ ਜਾਂ ਹਰ ਇੱਕ ਕੰਮ ਕਰਨ ਵਾਸਤੇ ਜਿਹੜੀ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਆ ਤੇ ਬਹੁਤ ਮਿਹਨਤ ਲੱਗਦੀ ਆ। ਤੇ ਵੀਡੀਓ ਤੋਂ ਪਹਿਲਾਂ ਮਤਲਬ ਕੀ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਜਾਂ ਵੀਡੀਓ ਤੋਂ ਬਾਅਦ 'ਚ ਜਿਹੜੀ ਉਹ ਕੀ ਮਿਹਨਤ ਕਰਨੀ ਪੈਂਦੀ ਉਹ ਤੁਹਾਡੇ ਸਾਹਮਣੇ ਜਿਹੜੀ ਸ਼ੋਅ ਨਹੀਂ ਕਰਦੇ ਹੈਗੇ, ਤੇ ਬਟ ਜਿਹੜੀ ਇਹ ਮਿਹਨਤ ਦਾ ਮੁੱਲ ਜਿਹੜਾ ਉਹ ਤੁਹਾਡੇ ਕੋਲ ਮਿਲਣਾ ਸਾਨੂੰ। ਤੇ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ। ਹੁਣ ਚੱਲਦੇ ਹਾਂ ਆਪਣੇ ਕਿਚਨ ਵਿੱਚ ਤੇ ਬਣਾਉਂਦੇ ਹਾਂ ਆਪਣਾ ਵੈਜ ਮੈਗੀ। ਇਹਦੇ ਵਾਸਤੇ ਆਪਾਂ ਜਿਹੜੀਆਂ ਵੈਜੀਟੇਬਲ ਲੈ ਲਈਆਂ, ਤੁਸੀਂ ਕੋਈ ਵੈਜੀਟੇਬਲ ਲੈ ਸਕਦੇ ਹੋ। ਅਤੇ ਨਾਲ ਆਪਾਂ ਲੈ ਲਏ ਪਿਆਜ਼, ਟਮਾਟਰ, ਅਦਰਕ, ਥੋਮ ਜੇ ਤੁਸੀਂ ਲੈਣਾ ਹੋਏ ਤਾਂ ਲੈ ਸਕਦੇ ਹੋ, ਆਪਾਂ ਨਹੀਂ ਲਿਆ। ਅਤੇ ਮੈਗੀ ਦੇ 3 ਪੈਕਟ ਲਏ ਆਪਾਂ। ਪਹਿਲਾਂ ਆਪਾਂ ਪਤੀਲਾ ਉੱਪਰ ਰੱਖਾਂਗੇ ਗੈਸ 'ਤੇ। ਇਹਦੇ ਵਿੱਚ ਆਪਾਂ ਪਾਵਾਂਗੇ ਘਿਓ, ਇਹਨੂੰ ਆਪਾਂ ਗਰਮ ਹੋਣ ਦੇਵਾਂਗੇ ਤੇਲ ਨੂੰ। ਹੁਣ ਪਾਵਾਂਗੇ ਇਹਦੇ ਵਿੱਚ ਜੀਰਾ ਤੇ ਪਾਵਾਂਗੇ ਪਿਆਜ਼। ਹਿਲਾਉਂਦੇ ਰਵਾਂਗੇ ਆਪਾਂ, ਥੋੜ੍ਹਾ ਜਿਹਾ ਇਹਨੂੰ ਟ੍ਰਾਂਸਪੇਰੈਂਟ ਹੋਣ ਦੇਵਾਂਗੇ। ਹੁਣ ਆਪਾਂ ਇੱਥੇ ਪਾਵਾਂਗੇ ਟਮਾਟਰ, ਅਦਰਕ, ਥੋਮ ਲੈਣਾ ਹੋਏ ਤਾਂ ਤੁਸੀਂ ਜਿਹੜਾ ਹੁਣ ਪਾ ਸਕਦੇ ਜੇ, ਪਰ ਆਪਾਂ ਨਹੀਂ ਲੈਂਦੇ ਇਸ ਕੀਤਾ। ਟਮਾਟਰ ਨੂੰ ਥੋੜ੍ਹਾ ਜਿਹਾ ਸੌਫਟ ਹੋਣ ਦੇਵਾਂਗੇ। ਮਤਲਬ ਵੈਜੀਟੇਬਲ ਵੈਜੀਟੇਬਲ ਅਤੇ ਹਰ ਇੱਕ ਚੀਜ਼ ਜਿਹੜੀ ਉਹ ਵੈਜੀਟੇਬਲ ਦੀ ਬਣਦੀ ਹੈ, ਉੱਦਾਂ ਤਾਂ ਆਪਾਂ ਗ੍ਰੀਨ ਵੈਜੀਟੇਬਲ ਜਿਹੜਾ ਉਹ ਖਾ ਨਹੀਂ ਸਕਦੇ, ਅਤੇ ਇੱਦਾਂ ਹੀ ਜਿਹੜੀਆਂ ਸਬਜ਼ੀਆਂ ਵਿੱਚ ਇਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ, ਤਾਂ ਕਿ ਸਾਡੇ ਅੰਦਰ ਜਿਹੜੇ ਪੂਰੇ ਪ੍ਰੋਟੀਨ ਜਿਹੜੇ ਉਹ ਜਾ ਸਕਣ। ਅਤੇ ਇਹਨੂੰ ਭਾਵੇਂ ਸਟੀਮ ਕਰ ਲਓ, ਚਾਹੇ ਇਹਨੂੰ ਕਰ ਲਓ ਫਰਾਈ ਕਰ ਲਓ, ਜਿਸ ਤਰ੍ਹਾਂ ਵੀ ਮਰਜ਼ੀ, ਹਰ ਇੱਕ ਜਿਹੜੀ ਡਿਸ਼ ਉਹ ਇਹਨਾਂ ਵੈਜੀਟੇਬਲਸ ਦੀ ਬਣਦੀ ਹੈ, ਇਸ ਕਰਕੇ ਇਹ ਉੱਦਾਂ ਵੀ ਖਾਣੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ। ਸਾਡੇ ਜਿਹੜਾ ਸੌਫਟ ਹੋ ਚੁੱਕਾ, ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਨਮਕ ਸਵਾਦ ਅਨੁਸਾਰ, ਹਲਦੀ, ਧਨੀਆ ਪਾਊਡਰ, ਦੇਗੀ ਮਿਰਚ ਅਤੇ ਗਰਮ ਮਸਾਲਾ। ਕਿਚਨ ਕਿੰਗ ਥੋੜ੍ਹਾ ਜਿਹਾ ਡਾਲਾਂਗੇ ਆਪਾਂ, ਮਿਲਾਵਾਂਗੇ ਮਸਾਲੇ ਜਿਹੜੇ ਉਹ ਵੀ ਪੈਂਦੇ ਹੱਥ ਵਿੱਚ, ਪਰ ਇਹਦਾ ਜਿਹੜਾ ਤਰੀਕਾ ਜਾਂ ਫਲੇਵਰ ਜਿਹੜਾ ਉਹ ਵੱਖਰਾ ਵੱਖਰਾ ਹੋ ਸਕਦਾ। ਇਹਦੇ 'ਚ ਆਪਾਂ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਮਸਾਲੇ ਜਿਹੜੇ ਚੰਗੀ ਤਰ੍ਹਾਂ ਭੁੱਲ ਸਕਣ। ਹੁਣ
पावे जी आप वेजीटेबल ले आए वो लिया फिर जब थोड़ा जा जरा पानी पावांगे ता कि सब्जियां जड़ियां पूरियां गल सकन पानी पा के इनू आपां छड़ दांगे इदां ही ते उपरों पा देदांगे सब्जियां साडे जिहड़े बन चुकियां गल गईआं सब्जियां हुण आपां इहदे विच पावांगे मैगी तीन पैकेट आपां मैगी लै लिया नाल पाउच जड़े मसाले दे ही वो भी अपना वेच ही पावांगे इहदे विच आपां पावांगे पानी अपनी मैगी के अकॉर्डिंग आप जो पानी पा लेंगे मिक्स करा इन आप जो उपरों ढक देंगे बाद चुनू जो चेक करा वेख सकते मैगी हाँ जी बन चुकी है तुम एक बार क्लोज तो विखा दें वेखो वैसे मैगी हाँ बन चुकी है थोड़ी थोड़ी जी रसली चंगी लगती खाने तो आलमोस्ट जी बन के तैयार है हम आप जी सर्व करा वीडियो जोड़ा वो लाइक कर दिया करो शेयर कर दिया करो कमेंट करके दस दिया करो तो चैनल में सबसक्राइब कर लिया करो बैल आइकन दबा दिया करो तो तुम लगता होगा ये जी बहुत जल्दी बन जाती है यह वीडियो जी जल्दी बन जाती है बट ये जी पहले वाली मेहनत जी तुम नहीं विखाई जाती हैगी सब्जी कट करनी हर एक चीज़ कट करनी जी बड़ी बड़ा टाइम लगता वो बनानी सौखी है बस तो इस करके जी मेहनत वास्ते जी हाँ मेहनत वास्ते चैनल सबसक्राइब कर लिया करो वो जो शेयर करो तो शेयर करोगे तो फिर ही किसी ने जो जो वीडियो पहुँच सकती है तो शेयर कर दिया करो दब के तो चैनल सबसक्राइब कर दिया करो।